ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਅਤੇ ਮੈਂ ਹਾਂ ਜੱਜ ਸਿੰਘ ਚਾਹਲ। ਬਟਾਲਾ ਦੀ ਪਟਾਕਾ ਫੈਕਟਰੀ ਦੇ ਵਿੱਚ ਹੋਇਆ ਧਮਾਕਾ ਹੁਣ ਤੱਕ 22 ਲੋਕਾਂ ਦੀ ਜਾਨ ਲੈ ਚੁੱਕਾ ਹੈ ਅਤੇ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਇਹ ਸਭ ਸਰਕਾਰ ਅਤੇ ਅਫਸਰਾਂ ਦੀ ਮਿਲੀ ਭੁਗਤ ਦੇ ਕਰਕੇ ਹੋ ਰਿਹਾ ਹੈ। ਇਹ ਪਹਿਲਾ ਹਾਦਸਾ ਨਹੀਂ ਹੈ, ਇਹ ਸਰਕਾਰ ਦੇ ਦੌਰਾਨ ਲੁਧਿਆਣਾ, ਜਲੰਧਰ, ਹੁਣ ਬਟਾਲਾ, ਅੰਮ੍ਰਿਤਸਰ ਕਈ ਇਹੋ ਜਿਹੇ ਹਾਦਸੇ ਵਾਪਰ ਗਏ ਕਿਉਂਕਿ ਅਫਸਰਾਂ ਅਤੇ ਸਰਕਾਰ ਦੀ ਮਿਲੀ ਭੁਗਤ ਨਾਲ ਜਦੋਂ ਗੈਰ ਕਾਨੂੰਨੀ ਕੰਮ ਚੱਲੇ ਤਾਂ ਫਿਰ ਇਹ ਸਭ ਕੁਛ ਉੱਥੇ ਵਾਪਰਦਾ। ਮੈਨੂੰ ਟੋਟਲ ਡਿਟੇਲਸ ਆਫ ਇੰਸੀਡੈਂਟ ਹਾਲੇ ਪਤਾ ਨਹੀਂ ਕਿਉਂਕਿ ਤੁਸੀਂ ਹੁਣੇ ਦੱਸ ਹੀ ਰਹੇ ਹੋ, ਮਗਰ ਜੋ ਮੈਨੂੰ ਪਤਾ ਇਹਦੇ 'ਤੇ ਤਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੇ ਪਟਾਕਾ ਫੈਕਟਰੀ ਉੱਤੇ ਤਾਂ ਬੜੀ ਸਟ੍ਰਿੰਜੈਂਟ, ਔਰ ਜੋ ਹਰ ਡੀ ਸੀ ਨੂੰ ਅਤੇ SSP ਨੂੰ ਕਿਹਾ ਗਿਆ ਉਹਨਾਂ ਨੂੰ ਇਨਫੋਰਸ ਕਰਨ ਲਈ, ਅਤੇ ਲੱਗਦਾ ਕਿ ਉਹਦੇ 'ਚ ਵੀ ਕਿੱਥੇ ਕੋਤਾਹੀ ਹੋਈ ਆ, ਨਹੀਂ ਤਾਂ ਇਹੋ ਜਿਹਾ ਰੈਜ਼ੀਡੈਂਸ਼ੀਅਲ ਏਰੀਏ 'ਚ ਤਾਂ ਇਹੋ ਜਿਹਾ ਹਾਦਸਾ ਵਾਪਰ ਹੀ ਨਹੀਂ ਸਕਦਾ। ਸੋ ਕਿਹੜੀ ਲੈਣ ਦੇਣ ਹੋਇਆ, ਕਿਹਦੇ ਨਾਲ ਹੋਇਆ, ਕਿਹਨੇ ਕੋਤਾਹੀ ਕੀਤੀ, ਇਹ ਜਦ ਤੱਕ ਹਾਇਐਸਟ ਲੈਵਲ ਤੱਕ ਐਕਸ਼ਨ ਨਹੀਂ ਹੋਊਗਾ ਤਦ ਤੱਕ ਇਹੋ ਜਿਹੇ ਹਾਦਸੇ ਦੁੱਖ ਦੀ ਗੱਲ ਹੈ ਕਿ ਵਾਪਰਦੇ ਰਹਿਣੇ ਜੇ ਸਰਕਾਰ ਸੁੱਤੀ ਰਹੂ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। BJP ਦੇ ਲੀਡਰ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਜੋ ਵੀ ਇਸ ਦੇ ਪਿੱਛੇ ਹੈ ਉਸ ਦੀ ਜਾਂਚ ਹੋ ਕੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ, ਸਰਕਾਰ ਦੀ ਨਾਕਾਮੀ ਹੈ। ਬਹੁਤ ਵੱਡਾ ਜਿਹੜਾ ਇਹ ਬਲਾਸਟ ਹੋਇਆ ਇਹ ਆਪਣੇ ਆਪ ਦੇ ਵਿੱਚ ਹੀ ਬੜੇ ਸ਼ੰਕਾਵਾਂ ਦੇ ਘੇਰੇ ਵਿੱਚ ਆਉਂਦਾ ਹੈ, ਕਿਉਂਕਿ ਇੰਨਾ ਬੜਾ ਬਰੂਦ ਇਕੱਠਾ ਕਰਨਾ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਸੀ, ਔਰ ਇੱਥੇ ਫੈਕਟਰੀ ਚੱਲ ਰਹੀ ਹੈ ਔਰ ਰਿਹਾਇਸ਼ੀ ਇਲਾਕੇ ਚੱਲ ਰਹੀ ਹੈ, ਔਰ ਇਹ ਬਿਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਤਾਂ ਐਸਾ ਹੋ ਨਹੀਂ ਸਕਦਾ ਸੀ। ਆਖਿਰ ਪੁਲਿਸ ਦੇ ਉੱਥੇ ਕਰਮਚਾਰੀ ਹੋਣਗੇ, ਬਾਕੀ ਉੱਥੇ ਸਾਰਾ ਅਮਲਾ ਹੈ, ਔਰ ਇੰਨਾ ਤਾਮਝਾਮ ਹੋਣ ਦੇ ਬਾਵਜੂਦ ਵੀ ਇੰਨੀ ਖਬਰ ਨਹੀਂ ਆ ਸਕੀ ਕਿ ਇੱਕ ਮੁਹੱਲੇ ਦੇ ਵਿੱਚ ਜਿਹੜੀ ਹੈ ਫੈਕਟਰੀ ਚੱਲ ਰਹੀ ਹੈ, ਔਰ ਜਿਹਦੇ 'ਚ ਬਲਾਸਟ ਹੋਇਆ, ਔਰ ਜਿਹੜੀਆਂ ਮੈਨੂੰ ਹੁਣ ਤੱਕ ਪਤਾ ਲੱਗਾ ਕਿ ਲਗਭਗ 10 ਕੁ ਡੈੱਡ ਬੋਡੀ ਜਿਹੜੀਆਂ ਮਿਲ ਗਈਆਂ, ਔਰ ਬਾਕੀ ਵੀ ਬਹੁਤ ਸਾਰੀ ਬੋਡੀ ਤਾਂ ਬਿਖਰ ਗਈਆਂ, ਕਿਸੇ ਦੀ ਅੰਗ ਜਿਹੜੇ ਆ ਇੱਧਰ ਉੱਧਰ ਖਿਣੇ ਪਏ ਆ। ਵਿਰੋਧੀ ਪਾਰਟੀਆਂ ਚਾਹੇ ਸਰਕਾਰ 'ਤੇ ਕੁਝ ਵੀ ਇਲਜ਼ਾਮ ਲਾਉਣ, ਪਰ ਪੰਜਾਬ ਸਰਕਾਰ ਇਸ ਨੂੰ ਲੈ ਕੇ ਐਕਸ਼ਨ ਵਿੱਚ ਆਉਂਦੀ ਦਿਖਾਈ ਦਿੰਦੀ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਸਪਤਾਲ ਦਾ ਦੌਰਾ ਕਰਨ ਪਹੁੰਚੇ ਅਤੇ ਉੱਥੇ ਉਹਨਾਂ ਨੇ ਦਾਅਵਾ ਕੀਤਾ ਕਿ ਜੋ ਵੀ ਇਸ ਦੇ ਪਿੱਛੇ ਅਣਗਹਿਲੀ ਹੋਏਗੀ ਉਸ ਦਾ ਪਰਦਾਫਾਸ਼ 10 ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ। 21 ਇੱਥੇ ਇੱਕ ਜਿਹੜਾ ਰਸਤੇ ਜਾਂਦੇ ਉਹਦੀ ਡੈਥ ਹੋ ਗਈ। ਸਰ ਪੰਜਾਬ 'ਚ ਇਸ ਤਰ੍ਹਾਂ ਦੇ ਜਿੰਨੇ ਵੀ ਹਾਦਸੇ ਹੋਏ ਆ ਹਜੇ ਤੱਕ ਕਿਸੇ ਨੂੰ ਵੀ ਕਿਸੇ ਵੀ ਬਿਲਕੁਲ ਇਹ ਜਿਹੜੀ ਪੰਜਾਬ ਦੇ ਇੱਕ ਮਿੰਟ ਮਹਾਜਨ ਸਾਹਿਬ ਜਿਹੜੇ ਇੱਥੇ ਬਟਾਲੇ 'ਚ ਜਿਹੜੀ ਚੀਜ਼ ਹੋਈ ਹੈ ਤੁਹਾਨੂੰ ਲੌਜੀਕਲ ਕਨਕਲੂਜਨ ਕਰਾਂਗੇ, ਔਰ ਜਿਹੜਾ ਵੀ ਕੋਈ ਹੋਏਗਾ ਮੈਂ ਅਸ਼ੋਰੈਂਸ ਦੇਣਾ ਇਹਦੇ ਅਗੇਂਸਟ ਅਸੀਂ 10 ਦਿਨ ਦੇ ਵਿੱਚ ਕਾਰਵਾਈ ਕਰਾਂਗੇ, ਔਰ ਇੱਕ ਪ੍ਰੈਸੀਡੈਂਟ ਕਰਾਂਗੇ ਕਿ ਦੁਬਾਰਾ ਪੰਜਾਬ 'ਚ ਇਹੋ ਜਿਹੀ ਦੁਬਾਰਾ ਇਹੋ ਜਿਹਾ ਕੋਈ ਇੰਸੀਡੈਂਟ ਨਾ ਹੋਵੇ। ਦਰਅਸਲ ਬਟਾਲਾ ਦੀ ਪਟਾਕਾ ਫੈਕਟਰੀ ਦੇ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ ਜਿਸ ਦੀ ਗੂੰਜ ਆਸ-ਪਾਸ ਦੇ 5 ਕਿਲੋਮੀਟਰ ਦੇ ਇਲਾਕਿਆਂ ਤੱਕ ਗਈ ਅਤੇ ਬਹੁਤ ਸਾਰੀਆਂ ਜਾਨਾਂ ਇਸ ਧਮਾਕੇ ਨੇ ਲੈ ਲਈਆਂ ਨੇ, ਜਿਸ ਤੋਂ ਬਾਅਦ ਸਰਕਾਰ 'ਤੇ ਵੱਡੇ ਸਵਾਲ ਉੱਠਣ ਲੱਗੇ ਨੇ। ਭਾਰਤੀ ਜਨਤਾ ਪਾਰਟੀ ਨੇ ਤਾਂ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਜੇਕਰ ਅੱਧਾ ਪੌਣਾ ਘੰਟਾ ਪਹਿਲਾਂ ਇਹ ਧਮਾਕਾ ਹੋ ਜਾਂਦਾ ਤਾਂ ਉਸਦੇ ਕੋਲ ਕੁਝ ਸਕੂਲ ਵੀ ਸਨ, ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਸੀ। ਸਵਾਲ ਇਹ ਵੀ ਉੱਠਣ ਲੱਗੇ ਨੇ ਕਿ ਪਟਾਕਾ ਫੈਕਟਰੀ ਰਿਹਾਇਸ਼ੀ ਇਲਾਕੇ ਦੇ ਵਿੱਚ ਆਈ ਕਿਵੇਂ, ਇਸੇ ਕਰਕੇ ਅਫਸਰਾਂ ਅਤੇ ਸਰਕਾਰ ਦੀ
ਦੀ ਮਿਲੀਭੁਗਤ ਦੀ ਗੱਲ ਇੱਥੇ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਵਿੱਚ ਹਾਲਾਤ ਦੇਖ ਕੇ ਇਹ ਲੱਗਦਾ ਹੈ ਕਿ ਬਹੁਤ ਸਾਰੇ ਧਮਾਕੇ, ਬਹੁਤ ਸਾਰੇ ਹਾਦਸੇ ਪਹਿਲਾਂ ਵੀ ਅਜਿਹੇ ਹੋ ਚੁੱਕੇ ਨੇ, ਜਿਸ ਨੂੰ ਲੈ ਕੇ ਸਰਕਾਰ ਨੇ ਕੋਈ ਵੀ ਗੱਲ ਤਣ ਪੱਤਣ ਨਹੀਂ ਲਾਈ ਹੈ। ਅੰਮ੍ਰਿਤਸਰ ਦਾ ਰੇਲ ਹਾਦਸਾ, ਉਸ ਵਿੱਚ ਵੀ ਬਹੁਤ ਵੱਡੇ ਦਾਅਵੇ ਕੀਤੇ ਗਏ ਸਨ ਕਿ ਜਲਦੀ ਦੋਸ਼ੀਆਂ ਨੂੰ ਫੜ ਲਿਆ ਜਾਏਗਾ, ਉਹਨਾਂ 'ਤੇ ਕਾਰਵਾਈ ਜ਼ਰੂਰ ਹੋਏਗੀ। ਪਰ ਕੀ ਤੁਹਾਨੂੰ ਯਾਦ ਹੈ ਕਿ ਕੋਈ ਦੋਸ਼ੀ ਫੜਿਆ ਗਿਆ ਜਾਂ ਫਿਰ ਕੋਈ ਦੋਸ਼ੀ ਸਾਬਿਤ ਵੀ ਹੋਇਆ ਅਤੇ ਉਸ ਨੂੰ ਸਜ਼ਾ ਹੋਈ ਹੋਵੇ? ਸਵਾਲ ਉੱਠੇ ਸਨ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ। ਉਸ ਤੋਂ ਬਾਅਦ ਨਾ ਤਾਂ ਉਹਨਾਂ 'ਤੇ ਕਾਰਵਾਈ ਹੋਈ, ਨਾ ਟ੍ਰੇਨ ਦੇ ਡਰਾਈਵਰ 'ਤੇ ਕਾਰਵਾਈ ਹੋਈ ਅਤੇ ਨਾ ਹੀ ਕੌਂਸਲਰ ਜਿਸ ਨੇ ਕਿ ਉਹ ਪ੍ਰੋਗਰਾਮ ਕਰਵਾਇਆ ਸੀ, ਨਾ ਹੀ ਉਸ 'ਤੇ ਕੋਈ ਕਾਰਵਾਈ ਹੋਈ। ਦੱਸਿਆ ਵੀ ਨਹੀਂ ਗਿਆ ਕਿ ਆਖਿਰ ਗਲਤੀ ਕਿਸ ਦੀ ਸੀ ਅਤੇ ਕਾਰਵਾਈ ਕਿਉਂ ਨਹੀਂ ਹੋਈ, ਇਹ ਤਾਂ ਕਿਸੇ ਨੇ ਦੱਸਣਾ ਹੀ ਕੀ ਸੀ। ਪਰ ਇਸ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਨੇ ਕਈ ਘਰਾਂ ਦੇ ਚਿਰਾਗ ਠੰਡੇ ਕਰ ਦਿੱਤੇ ਨੇ, ਕਈ ਘਰ ਉਜਾੜ ਦਿੱਤੇ ਨੇ, ਕਿਉਂਕਿ ਜਾਨਾਂ ਜੋ ਲਈਆਂ ਗਈਆਂ ਨੇ ਉਹ ਮਜ਼ਦੂਰ ਨੇ ਅਤੇ ਮਜ਼ਦੂਰੀ ਕਰਕੇ ਆਪਣੇ ਘਰਦਿਆਂ ਦਾ ਪੇਟ ਪਾਲਦੇ ਸਨ, ਪਰ ਉਹਨਾਂ ਦੇ ਰੋਟੀ ਪਾਣੀ ਖੁੱਸ ਗਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਵੱਡਾ ਐਲਾਨ ਕਰਦਿਆਂ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਲਈ 2-2 ਲੱਖ ਦਾ ਮੁਆਵਜ਼ਾ ਐਲਾਨ ਦਿੱਤਾ ਹੈ। ਜੋ ਗੰਭੀਰ ਰੂਪ ਵਿੱਚ ਜ਼ਖਮੀ ਨੇ ਉਹਨਾਂ ਦੇ ਲਈ 50-50 ਹਜ਼ਾਰ ਅਤੇ ਜੋ ਮਾਮੂਲੀ ਜ਼ਖਮੀ ਨੇ ਅਤੇ ਹਸਪਤਾਲ ਦੇ ਵਿੱਚ ਭਰਤੀ ਨੇ ਉਹਨਾਂ ਨੂੰ 25-25 ਹਜ਼ਾਰ ਦਾ ਮੁਆਵਜ਼ਾ ਇੱਥੇ ਸਰਕਾਰ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਐਲਾਨ ਕੀਤਾ ਗਿਆ ਅਤੇ ਨਾਲ ਦੀ ਨਾਲ ਸਾਰਾ ਜੋ ਇਲਾਜ ਦਾ ਖਰਚਾ ਹੈ ਉਹ ਵੀ ਪੰਜਾਬ ਸਰਕਾਰ ਚੁੱਕੇਗੀ। ਪਰ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਕੀ ਮੁਆਵਜ਼ਾ ਦੇ ਕੇ ਇਸ ਤੋਂ ਪਿੱਛਾ ਛੁਡਾ ਲਿਆ ਜਾਏਗਾ ਜਾਂ ਫਿਰ ਜਿਸ ਨੇ ਅਣਗਹਿਲੀ ਕੀਤੀ ਹੈ ਉਸਦੇ ਖਿਲਾਫ਼ ਕੋਈ ਕਾਰਵਾਈ ਹੋਏਗੀ ਵੀ? ਕਿਉਂਕਿ ਜੇਕਰ ਕਿਸੇ ਖਿਲਾਫ਼ ਕਾਰਵਾਈ ਨਹੀਂ ਹੋਏਗੀ ਤਾਂ ਜੋ ਦੂਜੀਆਂ ਫੈਕਟਰੀਆਂ ਅਜਿਹੀਆਂ ਚੱਲ ਰਹੀਆਂ ਨੇ ਨਜਾਇਜ਼ ਤਰੀਕੇ ਦੇ ਨਾਲ, ਉਹ ਵੀ ਇਸ ਵੱਲ ਗੌਰ ਨਹੀਂ ਫਰਮਾਉਣਗੇ। ਜੇਕਰ ਸਜ਼ਾ ਹੋ ਜਾਂਦੀ ਹੈ ਤਾਂ ਉਹਨਾਂ ਦੇ ਵੀ ਕੰਨ ਖੜੇ ਹੋ ਜਾਣਗੇ ਕਿ ਸਾਨੂੰ ਵੀ ਸਜ਼ਾ ਹੋ ਸਕਦੀ ਹੈ, ਫਿਰ ਉਹ ਵੀ ਅਹਿਤਿਆਤ ਵਰਤਣਗੇ, ਸਹੀ ਤਰੀਕੇ ਨਾਲ ਕੰਮ ਕਰਨਗੇ। ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ, ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਦੇ ਇਸ ਬਿਆਨ ਦੇ ਨਾਲ ਸਹਿਮਤ ਹੋ? ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਹੀ ਸਰਕਾਰ 10 ਦਿਨਾਂ ਦੇ ਵਿੱਚ ਇਸ ਪਿਛਲੇ ਦੋਸ਼ੀ ਨੂੰ ਫੜ ਲਵੇਗੀ, ਜਾਂਚ ਕਰ ਲਵੇਗੀ ਅਤੇ ਉਸ ਨੂੰ ਸਜ਼ਾ ਦੇ ਦੇਵੇਗੀ? ਇਸ ਬਿਆਨ ਦੇ ਨਾਲ ਤੁਸੀਂ ਸਹਿਮਤ ਹੋ? ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube 'ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ, ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਰਹੋ ਪੰਜਾਬ ਟੀਵੀ ਦੇ ਨਾਲ।